ਪਿੰਡ ਗੋਲਿਆਂ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵੱਲੋਂ ਲਗਾਏ ਕਿਸਾਨ ਮੇਲੇ ਦੌਰਾਨ ਜਿੱਥੇ ਕਿਸਾਨਾਂ ਨੂੰ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੁਰਦ ਨੂੰ ਨਾ ਸਾੜਨ ਲਈ ਪ੍ਰੇਰਿਤ ਕੀਤਾ ਗਿਆ, ਉੱਥੇ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸੰਭਾਲ 'ਤੇ ਵੀ ਜ਼ੋਰ ਦਿੱਤਾ ਗਿਆ। ਮੇਲੇ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਸਿੰਘ ਨੇ ਕੀਤਾ ਅਤੇ ਉਹਨਾਂ ਨੇ ਕਿਸਾਨਾਂ ਨੂੰ ਵਾਤਾਵਰਣ ਦਾ ਸੰਤੁਲਨ ਬਰਕਰਾਰ ਰੱਖਣ ਲਈ ਬਦਲਵੀਂ ਖੇਤੀ ਕਰਨ ਲਈ ਕਿਹਾ। ਇਸ ਮੌਕੇ SDM ਗੜਸ਼ੰਕਰ ਹਰਬੰਸ ਸਿੰਘ, ਡਾਇਰੈਕਟਰ ਡਾਕਟਰ ਮਨਮੋਹਨਜੀਤ ਸਿੰਘ, ਡਿਪਟੀ ਡਾਇਰੈਕਟਰ ਡਾਕਟਰ ਮਨਿੰਦਰ ਸਿੰਘ ਬੈਂਸ, ਡਾਕਟਰ DR ਡੁੰਬਲਾ, ਡਾਕਟਰ ਸੁਭਾਸ਼ ਚੰਦਰ, ਡਾਕਟਰ ਮਨੋਜ ਸ਼ਰਮਾ, ਡਾਕਟਰ ਅਵਤਾਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾਕਟਰ ਗੁਰਪ੍ਰਤਾਪ ਸਿੰਘ, ਡਾਕਟਰ ਰਕੇਸ਼ ਸ਼ਰਮਾ, ਡਾਕਟਰ ਪਰਮਿੰਦਰ ਸਿੰਘ ਅਤੇ ਭਾਰੀ ਗਿਣਤੀ 'ਚ ਕਿਸਾਨ ਹਾਜ਼ਰ ਸਨ। ਅੱਜ ਦਾ ਜਿਹੜਾ ਕਿਸਾਨ ਮੇਲਾ ਉਹ ਜਲ ਸ਼ਕਤੀ ਅਭਿਆਨ ਦੇ ਅਧੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਪੜੀ ਅਤੇ ਖੇਤੀਬਾੜੀ ਮਹਿਕਮੇ ਦੇ ਸਹਿਯੋਗ ਨਾਲ ਲਗਾਇਆ ਗਿਆ। ਇਹਦਾ ਮੇਲੇ ਦਾ ਮੁੱਖ ਮਕਸਦ ਇਹ ਆ ਵੀ ਜਿਹੜਾ ਪਾਣੀ ਦੀ ਜਿਹੜੀ ਦੁਰਵਰਤੋਂ ਰੋਕੀਏ, ਪਾਣੀ ਦੇ ਵੱਧ ਤੋਂ ਵੱਧ ਸਾਧੂ ਉਪਯੋਗ ਕਰੀਏ। ਖਾਸ ਤੌਰ 'ਤੇ ਜਿਹੜਾ ਹੁਸ਼ਿਆਰਪੁਰ ਦਾ ਕੰਢੀ ਦਾ ਇਲਾਕਾ ਇੱਥੇ ਪਾਣੀ ਬਹੁਤ ਥੱਲੇ ਜਾ ਰਿਹਾ, ਪਹਿਲਾਂ ਹੀ ਬਹੁਤ ਡੂੰਘਾ, ਹੋਰ ਵੀ ਜਾ ਰਿਹਾ। ਇਹਦੇ ਲਈ ਜਿਹੜਾ ਕਿਹੜੀਆਂ ਕਿਹੜੀਆਂ ਤਕਨੀਕਾਂ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ, ਉਹਨਾਂ ਨੂੰ ਕਿਸਾਨਾਂ ਨੂੰ ਕਿੱਦਾਂ ਅਪਣਾ ਸਕਦੇ, ਉਹਦੇ 'ਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ, ਇਹਦੇ ਬਾਰੇ ਵਿੱਚ ਡਿਟੇਲ 'ਚ ਵਿਚਾਰ ਵਟਾਂਦਰਾ ਹੋਇਆ ਔਰ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ, ਉਹਨਾਂ ਦੀਆਂ ਸਮੱਸਿਆਵਾਂ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਕਸਦ ਇਹੀ ਹੈ ਕਿ ਪਾਣੀ ਦੇ ਲਈ ਅਸੀਂ ਕਿਹੜੀ ਫਸਲ ਲੈ ਸਕਦੇ ਹਾਂ, ਉਹ ਫਸਲ ਦੇ ਵਿੱਚ ਕੁਛ ਕਿਸਮਾਂ ਅਸੀਂ ਘੱਟ ਪਾਣੀ ਲੈਣ ਵਾਲੀਆਂ ਕਿਹੜੀਆਂ ਲੈ ਸਕਦੇ ਹਾਂ, ਉਹ ਫਸਲਾਂ ਜਿਹੜੀਆਂ ਖਾਸ ਤੌਰ 'ਤੇ ਦਾਲਾਂ ਹੋ ਗਈਆਂ, ਤੇਲ ਬੀਜ ਹੋ ਗਏ, ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਸੀ ਖਤਮ ਹੋ ਗਈਆਂ ਸੀ ਕਿਸੇ ਵੇਲੇ, ਉਹ ਦੁਬਾਰਾ ਅਸੀਂ ਪੁਨਰ ਸੁਰਜੀਤ ਕਰੀਏ ਤਾਂ ਜੋ ਪਾਣੀ ਦੀ ਵਰਤੋਂ ਧਿਆਨ ਨਾਲ ਕਰ ਸਕੀਏ। ਇਹ ਤੋਂ ਬਿਨਾਂ ਜਿੱਦਾਂ ਡ੍ਰਿਪ ਇਰੀਗੇਸ਼ਨ ਹੋ ਗਿਆ, ਅੰਡਰਗਰਾਊਂਡ ਪਾਈਪਲਾਈਨ ਸਿਸਟਮ ਹੋ ਗਿਆ, ਇੱਦਾਂ ਦੀਆਂ ਤਕਨੀਕਾਂ ਅਪਣਾ ਕੇ ਅਸੀਂ ਪਾਣੀ ਦੀ ਕਾਫੀ ਬੱਚਤ ਕਰ ਸਕਦੇ ਹਾਂ। ਉਹਦੇ ਬਾਰੇ ਲੈਕਚਰ ਵੀ ਹੋਇਆ, ਉਹਦੇ ਬਾਰੇ ਬਾਹਰ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਸਵਾਲਾਂ ਦੇ ਜਵਾਬ।